ਬੀਤੇ ਦਿਨੀ ਈਟ ਰਾਈਟ ਮਿਲਟ ਮੇਲਾ ਅੰਮ੍ਰਿਤਸਰ ਵਿਖੇ ਬੜੀ ਹੀ ਧੂਮਧਾਮ ਨਾਲ ਲਗਾਇਆ ਗਿਆ। ਇਸ ਮੇਲੇ ਦਾ ਮੇਨ ਮੰਤਵ ਆਪਣੇ ਖਾਣੇ ਦੇ ਵਿੱਚ ਮਿਲਟਸ ਨੂੰ ਐਡ ਕਰਨਾ, ਜੋ ਕਿ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਮੇਲੇ ਵਿੱਚ ਵੱਖ ਵੱਖ ਸਟਾਲਸ ਲਗਾਈਆਂ ਗਈਆਂ ਅਤੇ ਇਸ ਮੌਕੇ ਹੈਲਦੀ ਸੋਇਲ ਫੂਡ ਐਂਡ ਪੀਪਲ ਵੱਲੋਂ ਸਟਾਲ ਲਗਾਈ ਗਈ, ਜੋ ਕਿ ਵਿਲੇਜ ਰਾਜਪੁਰਾ ਤਹਿਸੀਲ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਿਖੇ ਸਥਿਤ ਹੈ। ਇੱਥੇ ਮਿਲਟਸ ਫਾਰਮਿੰਗ, ਪ੍ਰੋਸੈਸਿੰਗ ਵਿਦ ਕਲਰ ਸੋਰਟਰ, ਡਾਇਰੈਕਟ ਸੇਲ, ਐਕਸਪੋਰਟ ਕੀਤੀ ਜਾਂਦੀ ਹੈ। ਸਾਈ ਟੀਮ ਨੇ ਹੈਲਦੀ ਸੋਇਲ ਫੂਡ ਐਂਡ ਪੀਪਲ ਦੀ ਟੀਮ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਲੋਕਾਂ ਨੂੰ ਆਪਣੇ ਖਾਣੇ ਦੇ ਵਿੱਚ ਵੱਧ ਤੋਂ ਵੱਧ ਮਿਲਟਸ ਐਡ ਕਰਨ ਲਈ ਕਿਹਾ। ਸਰ, ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਤੁਸੀਂ ਸਟਾਰਟ ਕੀਤਾ ਇਹ ਸੇਵਾ ਦਾ ਕੇਂਦਰ, ਔਰ ਜਿੱਦਾਂ ਅੱਜ ਅੰਮ੍ਰਿਤਸਰ 'ਚ ਆ ਕੇ ਤੁਸੀਂ ਆਪਣੀ ਐਗਜੀਬਿਸ਼ਨ ਲਗਾਈ ਹੈ, ਕੀ ਕਹਿਣਾ ਚਾਹੋਗੇ ਕਿ ਕਿਵੇਂ ਸਟਾਰਟ ਕੀਤਾ ਇਹ, ਕਿਵੇਂ ਮਾਈਂਡ 'ਚ ਆਇਆ, ਔਰ ਕਿਵੇਂ ਅੱਜ ਇੱਕ ਬ੍ਰਾਂਡ ਬਣ ਚੁੱਕੇ ਹੋ? ਉਹ ਏਰੀਏ ਦੇ ਵਿੱਚ ਜਦੋਂ ਕੋਈ ਗੱਲ ਚੱਲਦੀ ਹੈਗੀ ਆ ਤਾਂ ਤੁਹਾਨੂੰ ਨਾਲ ਯਾਦ ਕਰਦੇ ਲੋਕ ਵੀ, ਨਹੀਂ ਯਾਰ ਉਹ ਹੈਲਥ ਕੌਨਸ਼ੀਅਸ ਬੰਦੇ ਔਰ ਉਹਨਾਂ ਨੇ, ਅਸੀਂ ਉਹਨਾਂ ਦੇ ਨਾਲ ਜੁੜੇ ਸੀਗੇ ਔਰ ਸਾਡੀਆਂ ਬਿਮਾਰੀਆਂ ਸਹੀ ਹੋ ਗਈਆਂ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਸਰ, ਅਸੀਂ ਪਹਿਲਾਂ ਸਟਾਰਟ ਕੀਤਾ ਔਰਗੈਨਿਕ ਫਾਰਮਿੰਗ, ਜਿਹਨੂੰ ਆਪਾਂ ਕੈਮੀਕਲ ਫਰੀ ਖੇਤੀ ਕਹਿੰਦੇ ਹੈਗੇ। ਉਸ ਤੋਂ ਬਾਅਦ 'ਚ ਅਸੀਂ ਮਿਲਟ ਬਾਰੇ ਪਤਾ ਲੱਗਿਆ, ਨਾ ਮਿਲਟ ਦੀ ਖੇਤੀ ਕਰਨ ਲੱਗੇ। ਅਸੀਂ ਪੰਜਾਬ ਵਿੱਚ ਪਹਿਲੇ ਕਿਸਾਨ ਆ ਗਏ ਜਿਨ੍ਹਾਂ ਨੇ 11 ਏਕੜ ਮਿਲਟ ਦੀ ਖੇਤੀ ਕੈਮੀਕਲ ਫਰੀ ਖੇਤ ਵਿੱਚ ਕੀਤੀ ਹੈਗੀ। ਉਸ ਤੋਂ ਬਾਅਦ ਮਿਲਟ ਬੀਜਣ ਤੋਂ ਬਾਅਦ ਸਾਨੂੰ ਲੋੜ ਸੀਗੀ ਪ੍ਰੋਸੈਸਿੰਗ ਯੂਨਿਟ ਦੀ, ਸਾਡੇ ਪੰਜਾਬ 'ਚ ਕੋਈ ਯੂਨਿਟ ਨਹੀਂ ਸੀਗੀ। ਉਸ ਤੋਂ ਬਾਅਦ ਅਸੀਂ 2021 ਵਿੱਚ ਪਹਿਲੀ ਪ੍ਰੋਸੈਸਿੰਗ ਯੂਨਿਟ ਔਡਰ ਕੀਤੀ, ਅਤੇ ਫਿਰ ਅਸੀਂ ਮਿਲਟ ਨੂੰ ਅੱਗੇ ਪੈਕਿੰਗ ਤੱਕ, ਪ੍ਰੋਸੈਸਿੰਗ ਤੋਂ ਪੈਕਿੰਗ ਤੱਕ ਲੈ ਕੇ ਗਏ, ਅਤੇ ਹੁਣ ਅਸੀਂ ਮੰਨ ਲਓ ਵੀ ਇਹਨੂੰ ਆਪਣੇ ਬਾਕਸ ਦੀ ਪੈਕਿੰਗ ਐਕਸਪੋਰਟ ਲੈਵਲ ਦੀ ਕਰਦੀ ਹੈ। ਔਰ ਕੀ ਕਹਿਣਾ ਚਾਹੋਗੇ ਕਿ ਅਗਰ ਕੋਈ ਪੰਜਾਬ ਦਾ ਨੌਜਵਾਨ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੋਵੇ, ਇਸ ਪ੍ਰੋਗਰਾਮ ਨੂੰ ਦੇਖ ਕੇ ਉਹ ਤੁਹਾਡੇ ਨਾਲ ਅਟੈਚ ਹੋ ਸਕਦਾ, ਫਰੈਂਚਾਈਜ਼ੀ ਲੈ ਸਕਦਾ ਤੁਹਾਡੀ? ਕਿਉਂਕਿ ਅੱਜ ਯੰਗ ਬਲੱਡਡ ਆ ਜਿਹੜੇ ਉਹ ਸਾਰੇ ਨਈ ਚੀਜ਼ ਭਾਲਦੇ ਆ, ਔਰ ਇੱਦੂ ਵਧੀਆ ਨਈ ਚੀਜ਼, ਇੱਦੂ ਵਧੀਆ ਨਵਾਂ ਵਰਡ, ਇੱਦੂ ਵਧੀਆ ਚੀਜ਼ ਜਿਹਦੇ 'ਚ ਲੋਕ ਸਵਸਥ ਹੁੰਦੇ ਆ, ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ, ਕੋਈ ਬੰਦਾ ਡਾਇਟੀਸ਼ੀਅਨ ਦਾ ਕੋਰਸ ਕਰ ਰਿਹਾ, ਕੋਈ ਡਾਕਟਰ ਬਣ ਰਿਹਾ, ਲੇਕਿਨ ਤੁਸੀਂ ਇੱਕ ਸਿੰਪਲਿਸਿਟੀ ਦੇ ਨਾਲ ਹੀ ਅਟੈਚ ਕਰਕੇ ਆਪਣੀ ਖੇਤੀ ਦੇ ਨਾਲ ਹੀ ਲੋਕਾਂ ਨੂੰ ਸਹੀ ਕਰ ਰਹੇ ਹੋ। ਹਾਂਜੀ, ਜੇ ਕੋਈ ਸਾਡੇ ਨਾਲ ਅਟੈਚ ਹੋਣਾ ਚਾਹੁੰਦਾ ਗਾ, ਅਸੀਂ ਫਰੈਂਚਾਈਜ਼ੀ ਦੇਣ ਨੂੰ ਤਿਆਰ ਹਾਂਗੇ, ਅਤੇ ਉਹ ਜਿਹੜੀਆਂ ਟਰਮ ਕੰਡੀਸ਼ਨਾਂ ਰਹਿਣਗੀਆਂ ਉਹਨਾਂ ਨੂੰ ਕਲੀਅਰ ਕਰਕੇ ਅਸੀਂ ਦੇ ਸਕਦੇ ਹੈਗੇ। ਅਤੇ ਇੱਕ ਮੇਰਾ ਹੋਰ ਵੀ ਹੈ, ਜੇ ਪੰਜਾਬ 'ਚ ਕੋਈ ਵੀ ਕਿਸਾਨ ਮਿਲਟ ਦੀ ਖੇਤੀ ਕਰਨਾ ਚਾਹੁੰਦਾ ਗਾ, ਬੀਜ ਲੈਣਾ ਚਾਹੁੰਦਾ, ਸਾਡੇ ਕੋਲ ਹਰ ਤਰ੍ਹਾਂ ਦਾ ਇਹਨਾਂ ਦੇ ਬੀਜ ਹੈਗਾ ਗਾ, ਅਸੀਂ ਉਹਨਾਂ ਨੂੰ ਕੁਛ ਮਾਤਰਾ ਵਿੱਚ ਬੀਜ ਫਰੀ ਵੀ ਦੇਵਾਂਗੇ। ਜੇ ਉਹਨਾਂ ਨੂੰ ਵੱਧ ਚਾਹੀਦੇ ਨੇ ਉਹ ਚਲੋ ਵੱਖਰੀ ਗੱਲ ਹੈਗੀ, ਅਤੇ ਅਸੀਂ ਉਹਨਾਂ ਨੂੰ ਪੂਰਾ ਆਪਦਾ ਤਜਰਬਾ ਵੀ ਸ਼ੇਅਰ ਕਰਾਂਗੇ ਵੀ ਅਸੀਂ ਮਿਲਟ ਨੂੰ ਕਿਵੇਂ ਸੌਖੇ ਤਰੀਕੇ ਨਾਲ ਕੀਤਾ ਗਾ। ਕਿਉਂਕਿ ਇਹਦੇ ਵਿੱਚ ਅਸੀਂ ਪਹਿਲਾਂ ਚੱਲਦਾ ਸੀ ਪੰਜਾਬ 'ਚ ਟਰਾਂਸਪਲਾਂਟਿੰਗ, ਅਤੇ ਅਸੀਂ ਇਹਨਾਂ ਨੂੰ ਡਾਇਰੈਕਟ ਸੋਇੰਗ ਕੀਤੀ ਹੈਗੀ, ਉਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਰਹੇ ਨੇ, ਅਸੀਂ ਆਪਦੇ ਉਹਨਾਂ ਨਾਲ ਤਜਰਬੇ ਸ਼ੇਅਰ ਕਰਾਂਗੇ। ਵੀਰ ਜੀ, ਕੀ ਕਹਿਣਾ ਚਾਹੋਗੇ? ਯੰਗ ਬਲੱਡ ਦੀ ਟੀਮ ਹੈ, ਸਾਰੇ ਪਿਆਰੇ ਪਿਆਰੇ ਬੱਚੇ ਹੋ, ਔਰ ਸਟਾਰਟਿੰਗ ਹੈ ਤੁਹਾਡੀ ਲਾਈਫ ਦੀ, ਔਰ ਇਹੋ ਜਿਹੀ ਸਟਾਰਟਿੰਗ ਕੀਤੀ ਤੁਸੀਂ ਜਿਹਦੇ 'ਚ ਤੁਹਾਨੂੰ ਮਜ਼ਾ ਵੀ ਆ ਰਿਹਾ ਔਰ ਸਾਰੇ ਐਪਰੀਸ਼ੀਏਟ ਵੀ ਕਰ ਰਹੇ? ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਅਤੇ ਯੰਗ ਰਿਲੇਟਡ ਨੂੰ ਇਹੀ ਕਹਿਣਾ ਵੀ ਹੁਣ ਨਵੀਂ ਪਨੀਰੀ ਸਾਰੇ ਬਾਹਰਲੇ ਦੇਸ਼ਾਂ ਵੱਲ ਜ਼ਿਆਦਾ ਰੁਝਾਨ ਆ ਜਿਹੜਾ ਉਹ ਹੁਣ ਵਾਲੇ ਬੱਚਿਆਂ ਦਾ ਨਵਿਆਂ ਦਾ ਹੈਗਾ, ਅਤੇ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਕੁਛ ਹੋ ਸਕਦਾ ਹੈ ਨਾ, ਅਤੇ ਅਸੀਂ ਇਹੀ ਕਹਿੰਦੇ ਹਾਂ ਕਿ ਨਵੇਂ ਆਉਣ ਵਾਲੀ ਪਨੀਰੀ ਨੂੰ ਵੀ ਖੇਤੀ ਵੱਲ ਵੱਧ ਤੋਂ ਵੱਧ, ਮਿਲਟਸ ਦੀ ਖੇਤੀ ਜਿਵੇਂ ਹੁਣ ਨਵੀਂ ਖੇਤੀ ਹੈਗੀ ਇਹਨੂੰ ਲੈ ਕੇ ਵੱਧ ਤੋਂ ਵੱਧ ਖੇਤੀ ਕਰਨ, ਹੁਣ ਝੋਨੇ ਦਾ ਖਹਿੜਾ ਛੱਡ ਕੇ ਨਵੀਆਂ ਫਸਲਾਂ ਉਗਾਉਣ ਦੇ ਵਿੱਚ ਧਿਆਨ ਦੇਣ। ਦਰਸ਼ਕੋ, ਨੀਚੇ ਫੋਨ ਨੰਬਰ ਚੱਲ ਰਿਹਾ, ਤੁਸੀਂ ਕੰਟੈਕਟ ਕਰਨਾ ਚਾਹੁੰਦੇ ਵੀਰ ਜੀ ਹੋਰਾਂ ਨੂੰ, ਜਿੱਦਾਂ ਇਹਨਾਂ ਨੇ ਕਿਹਾ ਕਿ ਔਰਗੈਨਿਕ ਖੇਤੀ ਦਾ ਤੁਹਾਡਾ ਮਾਈਂਡ ਹੈ, ਕੋਈ ਇਹਨਾਂ ਤੋਂ ਗਾਈਡਲਾਈਨ ਨਾਲ ਲੈਣੀ ਹੈਗੀ ਆ, ਤੁਸੀਂ ਕਦੋਂ ਮਰਜ਼ੀ ਇਹਨਾਂ ਨਾਲ ਅਟੈਚ ਹੋ ਸਕਦੇ ਹੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲੇ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ, ਜਿਹੜਾ ਅੱਜ ਗੁਰੂ ਦੀ ਨਗਰੀ ਵਿੱਚ ਮੈਨੂੰ ਮੌਕਾ ਮਿਲਿਆ ਆਪਣਾ ਐਗਜੀਬਿਸ਼ਨ ਲਗਾਉਣ ਦਾ। ਅਤੇ ਮੈਂ ਅੱਜ ਕੱਲ੍ਹ ਦੀ ਇਹੀ ਯੰਗਸਟਰ ਨੂੰ ਕਹਾਂਗਾ ਕਿ ਸਾਡਾ ਔਰਗੈਨਿਕ ਫੂਡ ਲਵੋ, ਅਤੇ ਇਹਦੇ ਨਾਲ ਤੁਹਾਡੀ ਹੈਲਥ ਇਜ਼ ਜਿਹੜੀ ਹੈਗੀ ਹੈ ਬਹੁਤ ਵਧੀਆ ਜਾਏਗੀ, ਇਹਦੇ ਨਾਲ ਤੁਹਾਨੂੰ ਕੋਈ ਹੈਲਥ ਇਸ਼ੂ ਨਹੀਂ ਹੋਏਗਾ। ਇੱਕ ਵਾਰੀ ਟਰਾਈ ਕਰਕੇ ਦੇਖੋ, ਅਤੇ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ, ਅਤੇ ਸਾਡਾ ਪ੍ਰੋਡਕਟ ਯੂਜ਼ ਕਰਕੇ ਦੇਖੋ, ਫਿਰ ਤੁਹਾਨੂੰ ਆਪਣੇ ਆਪ ਡਿਸੀਜ਼ਨ ਪਤਾ ਲੱਗ ਜਾਏਗਾ ਤੁਹਾਡਾ ਕੀ। ਥੈਂਕ ਯੂ ਸੋ ਮਚ। ਕਿਉਂਕਿ ਅੱਜ ਦੇ ਯੰਗ ਬਲੱਡ ਆ ਜਿਹੜੇ ਦੇ ਆਰ ਮੂਵਿੰਗ ਅਬਰੋਡ, ਪਰ ਤੁਸੀਂ ਸਾਰੇ ਲੋਕਾਂ ਨੇ ਮਿਲ ਕੇ ਜਿਹੜੀ ਟੀਮ ਬਣਾ ਕੇ ਇੱਕ ਐਸੀ ਕ੍ਰੀਏਸ਼ਨ ਕੀਤੀ ਆ ਜਿਹਦੇ 'ਚ ਜਿਹੜਾ ਵੀ ਬੰਦਾ ਤੁਹਾਨੂੰ ਜੁੜਦਾ, ਚਾਹੇ ਉਹ ਕੋਈ ਮਾਮਾ ਮਾਸੀ ਚਾਚਾ ਚਾਚੀ ਕੋਈ ਫਰੈਂਡ ਪੁਰਾਣਾ ਨਵਾਂ, ਉਹ ਸਾਰੇ ਕਹਿੰਦੇ ਯਾਰ ਸਾਨੂੰ ਵੀ ਦੇ ਦੇ ਸਾਨੂੰ ਵੀ ਦੇ ਦੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਪ੍ਰੋਡਕਟ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ ਆ ਉਹਨੂੰ ਜਦੋਂ ਲਾਂਚ ਕਰਨਾ, ਕੁਛ ਨਾ ਕੁਛ ਨਵਾਂ ਹੀ ਲਿਆਉਣਾ ਚਾਹੁੰਦੇ ਹਾਂ ਅਸੀਂ। ਜਿਹੜਾ ਸਾਡਾ ਇਹ ਪ੍ਰੋਡਕਟ ਆ, ਅਸੀਂ ਤੁਸੀਂ ਕਹਿ ਸਕਦੇ ਹਾਂ ਵੀ ਜੀ ਦੇਖੋ ਇੱਕ ਸਸਤੇ ਪ੍ਰੋਡਕਟ ਔਰ ਇੱਕ ਮਹਿੰਗੇ ਪ੍ਰੋਡਕਟ ਦੇ ਵਿੱਚ ਕੀ ਡਿਫਰੈਂਸ ਆ? ਤੁਸੀਂ ਨੋਰਮਲੀ ਅਗਰ ਜੇ ਹੈਲਥੀ ਖਾਣਾ ਆ, ਜਾਂ ਤਾਂ ਸਿਹਤ ਦੇਖੋ ਜਾਂ ਸਵਾਦ ਦੇਖੋ। ਮੇਰਾ ਤਾਂ ਇਹੀ ਕਹਿਣਾ ਹੋਊਗਾ ਕਿ ਇੱਕ ਵਾਰੀ ਕਿਸੇ ਨਵੀਂ ਚੀਜ਼ ਨੂੰ ਯੂਜ਼ ਕਰਕੇ ਦੇਖੋ ਅਤੇ ਪਤਾ ਲੱਗੇਗਾ ਕਿ ਉਹਦੀ
ਚੰਗਾਈਆਂ ਅਤੇ ਕੀ ਬੁਰਾਈਆਂ।